ਦੋਸਤੋ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ, ਅਤੇ ਇਸ ਵਾਰ ਜਿਹੜਾ ਕਚਹਿਰੀ 'ਚ ਅਸੀਂ ਤੁਹਾਡੀ 'ਚ ਆਏ ਹਾਂ ਤਾਂ ਬਹੁਤ ਹੀ ਇੱਕ ਖਾਸ ਮੁਲਾਕਾਤ ਲੈ ਕੇ ਆਏ ਹਾਂ, ਖਾਸ 'ਚੋਂ ਵੀ ਖਾਸ ਕਹਿ ਸਕਦੇ ਹਾਂ। ਜੇ ਸ਼ਖਸੀਅਤ ਸ਼ਬਦ ਅਸੀਂ ਵਰਤਦੇ ਹਾਂ ਅਕਸਰ ਹੀ, ਪਰ ਮੈਨੂੰ ਲੱਗਦਾ ਸ਼ਖਸੀਅਤ ਸ਼ਬਦ ਵੀ ਕਿਤੇ ਨਾ ਕਿਤੇ ਛੋਟਾ ਪੈ ਜਾਂਦਾ ਜਦੋਂ ਅਸੀਂ ਅੱਜ ਦੀ ਮੁਲਾਕਾਤ ਦੇ ਬਾਰੇ ਗੱਲ ਕਰਦੇ ਹਾਂ। ਸੋ ਅੱਜ ਸਾਡੇ ਨਾਲ ਇੱਕ ਇਹੋ ਜਿਹੇ ਕਹਿ ਸਕਦੇ ਹਾਂ ਸ਼ਖਸੀਅਤ, ਮਹਾਨ ਆਤਮਾ, ਮਹਾਨ ਪੁਰਸ਼ ਜਾਂ ਯੁੱਗ ਪੁਰਸ਼ ਕਿਹਾ ਜਾਵੇ ਤਾਂ ਮੈਨੂੰ ਲੱਗਦਾ ਅਤਿਕਥਨੀ ਨਹੀਂ ਹੋਵੇਗੀ, ਉਹ ਸਾਡੇ ਨਾਲ ਆ ਜੀ। ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ, ਅਕਸਰ ਕਿਹਾ ਜਾਂਦਾ ਵੀ ਪੰਜਾਬੀ ਸਾਹਿਤ ਪੜ੍ਹਿਆ ਨਹੀਂ ਜਾਂਦਾ, ਪੰਜਾਬੀ ਸਾਹਿਤ ਤੋਂ ਦੂਰ ਹੋ ਗਏ ਲੋਕ, ਪਰ ਨਹੀਂ, ਇਸ ਇਨਸਾਨ ਨੇ ਇਹ ਗੱਲ ਨੂੰ ਨਕਾਰਤਾ। ਤੁਹਾਡੇ ਸਾਹਿਤ 'ਚ, ਤੁਹਾਡੇ ਲਿਖਣੀ 'ਚ ਦਮ ਹੋਣਾ ਚਾਹੀਦਾ ਅਤੇ ਪੜ੍ਹਿਆ ਕਿਉਂ ਨਾ ਜਾਵੇ। ਸੋ ਮੇਰੀ ਮੁਰਾਦ ਅੱਜ ਉਹਨਾਂ ਨਾਲ ਹੀ ਆ ਜੀ, ਜਸਵੰਤ ਸਿੰਘ ਕਮਲ ਹੋਰਾਂ ਨਾਲ, ਜਿਹੜੇ ਕਿ ਅੱਜ 96 ਸਾਲ ਦੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਪਹੁੰਚ ਚੁੱਕੇ ਆ ਅਤੇ ਅੱਜ ਵੀ ਪੰਜਾਬੀਅਤ 'ਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕ, ਸਭ ਤੋਂ ਰਾਇਲਟੀ ਵੱਧ ਉਹਨਾਂ ਨੂੰ ਅੱਜ ਵੀ ਆ ਰਹੀ ਹੈ ਕਿਸੇ ਇੱਕ ਲੇਖਕ ਦੀ ਜੇ ਗੱਲ ਕਰੀਏ। ਸੋ ਅੱਜ ਸਾਡਾ ਸੁਹਾਗ ਪ੍ਰਾਪਤ ਹੋਇਆ ਜੀ, ਅੱਜ ਅਸੀਂ ਉਹਨਾਂ ਦੇ ਗ੍ਰਹਿ ਢੁੱਡੀ ਕੇ ਵਿਖੇ ਪਹੁੰਚੇ ਹੋਏ ਹਾਂ। ਸੋ ਉਹਨਾਂ ਨਾਲ ਅੱਜ ਥੋੜ੍ਹੀ ਬਹੁਤ ਜਿਹੜੀ ਨੈਚੁਰਲ ਗੱਲਬਾਤ, ਅਸੀਂ ਕੋਈ ਅਫੀਸ਼ੀਅਲ ਗੱਲਬਾਤ ਨਹੀਂ ਕਰ ਰਹੇ, ਨੈਚੁਰਲ ਗੱਲਬਾਤ ਉਹਨਾਂ ਨਾਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਸੋ ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਪੂ ਜੀ, ਅਸੀਂ ਤੁਹਾਡੇ ਬਹੁਤ ਪਿਆਰ ਨਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਬੜੀ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਜੀ ਵੀ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਜਿਹੜਾ ਸੁਹਾਗ ਪ੍ਰਾਪਤ ਕਰ ਰਹੇ ਹਾਂ। ਤੁਹਾਡੀ ਖੁਸ਼ੀ ਨਾਲ ਹੀ ਮੇਰੀ ਖੁਸ਼ੀ ਹੈ। ਸੋ ਬਹੁਤ ਮਿਹਰਬਾਨੀ ਜੀ। ਸੋ ਬਾਪੂ ਜੀ, ਆਪਾਂ ਗੱਲਬਾਤ ਜੇ ਕਰੀਏ, ਗੱਲਬਾਤਾਂ ਤਾਂ ਆਪਾਂ ਜਿਹੜੀਆਂ ਲੀਹ ਤੋਂ ਹਟ ਕੇ ਕਰਨ ਦੀ ਕੋਸ਼ਿਸ਼ 'ਚ ਹਾਂ, ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਜਸਵੰਤ ਕਮਲ ਬਾਰੇ ਸਾਨੂੰ ਦੱਸਣਾ ਪੈਣਾ ਵੀ ਕੌਣ ਆ, ਕਿਵੇਂ ਆ, ਕੀ ਪਰਿਵਾਰਕ ਪਿਛੋਕੜ, ਇਹ ਜੀ ਲੋੜ ਨਹੀਂ ਹੈ ਜੀ। ਸੋ ਗੱਲ ਇਹ ਹੈ ਕਿ ਪੰਜਾਬ ਕਿੱਥੇ ਖੜ੍ਹਾ, ਪੰਜਾਬ ਕਿੱਧਰ ਨੂੰ ਜਾ ਰਿਹਾ, ਪੰਜਾਬ ਬਚਦਾ ਕਿ ਨਹੀਂ ਜੀ। ਜਾਣੀ ਕਿ ਪ੍ਰੋਬਲਮ ਜਿਹੜੀ ਇਹ ਹੈ ਕਿ ਪੰਜਾਬ ਸਮੱਸਿਆ ਜਿਹੜੀ ਹੈ ਉਹ ਸਾਰੇ ਪੰਜਾਬੀਆਂ ਦੇ ਲਈ ਅੱਗੇ ਆ ਕੇ ਖੜ ਗਈ ਹੈ ਜੀ, ਅਤੇ ਪੰਜਾਬੀ ਸਾਰੇ ਜਿਹੜੇ ਆ ਉਹ ਦੁਖੀ ਹੈ ਇਸ ਵੇਲੇ 'ਚ। ਜਾਣੀ ਕਿ ਜੋ ਜਿਸ ਤਰ੍ਹਾਂ ਦੀ ਪ੍ਰੋਬਲਮ ਆਜ਼ਾਦੀ ਤੋਂ ਬਾਅਦ ਖੁਸ਼ਹਾਲੀ ਆਉਣੀ ਚਾਹੀਦੀ ਸੀ ਪੰਜਾਬ 'ਚ, ਉਹਦੇ ਉਲਟ ਪੰਜਾਬ ਨੂੰ ਸਾਹਮਣਾ ਕਰਨਾ ਪੈ ਰਿਹਾ, ਇੰਨੇ ਮਸਲਿਆਂ 'ਚ ਇੰਨਾ ਕਰਜ਼ਾਈ ਹੋ ਗਿਆ, ਇੰਨਾ ਥੱਲੇ ਚਲਾ ਗਿਆ, ਇੰਨੇ ਚੰਗੇ ਕੰਮ ਕਰਨ ਵਾਲੇ ਬੰਦੇ ਜਿਹੜੇ ਆ ਉਹ ਸਾਡੇ ਸਾਰੇ ਬਾਹਰ ਚਲੇ ਗਏ ਆ, ਜਾ ਰਹੇ ਆ, ਕੋਈ ਵੱਸ ਨਹੀਂ ਲੱਗਦੀ ਇਸ ਕਰਕੇ ਕਿ ਪੰਜਾਬ ਬਚਾਓ ਦੀ ਗੱਲ ਜਿਹੜੀ ਹੈ ਸਾਡੀਆਂ ਸਰਕਾਰਾਂ ਨੇ ਵੀ ਦਿਮਾਗ 'ਚੋਂ ਕੱਢ ਦਿੱਤੀ ਹੈ। ਅਮਲੀ ਤੌਰ 'ਤੇ ਜੇ ਉਹਨਾਂ ਸਾਡੀਆਂ ਆਪਦੀਆਂ ਸਰਕਾਰਾਂ ਜੇ ਇਸ ਲਈ ਕੁਛ ਥੋੜ੍ਹਾ ਜਿਹਾ ਕੌਮੀ ਪੱਖ ਲੈ ਕੇ ਤੁਰਦੀਆਂ ਤਾਂ ਅੱਜ ਪੰਜਾਬ ਸਰਬਲੰਦ ਹੁੰਦਾ। ਅੱਜ ਹੁਣ ਪੰਜਾਬ ਪੈਰਾਂ 'ਚ ਆ ਕੇ ਡਿੱਗਿਆ ਹੋਇਆ, ਇੰਨਾ ਕਰਜ਼ਾਈ ਹੈ ਕਿ ਇਹਦਾ ਛੁਟਕਾਰਾ ਹੋਣਾ ਬਹੁਤ ਔਖਾ ਹੈ ਜੀ। ਬਾਪੂ ਜੀ, 7 ਦਹਾਕੇ ਹੋ ਗਏ ਤੁਹਾਨੂੰ, 7 ਦਹਾਕੇ ਪਹਿਲਾਂ ਵੀ ਜੇ ਤੁਸੀਂ ਨਾਵਲ ਲਿਖਿਆ ਤਾਂ ਉਹ 'ਚ ਵੀ ਇਹੀ ਫਿਕਰ ਯਾਦ ਕੀਤਾ, ਅਤੇ ਉਦੋਂ ਬਾਅਦ ਨਿਘਾਰ 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 ਆਉਂਦਾ ਗਿਆ, ਕੀ ਤੁਸੀਂ ਕੀ ਸੋਚਦੇ ਹੋ ਵੀ ਨਿਘਾਰ ਇਹ ਕਿੱਥੇ ਜਾ ਕੇ ਰੁਕੂ? ਹਾਲਾਤ ਹਾਲੇ ਦੱਸਦੇ ਆ, ਕਿਤੇ ਨਹੀਂ ਲਿਖਦਾ ਜੀ। ਹਾਲਾਤ ਨੂੰ ਸੁਧਾਰਨ ਵਿੱਚ ਕਿਸੇ ਰਾਜਸੀ ਪਾਰਟੀ ਨੇ ਕੋਈ ਹਿੱਸਾ ਨਹੀਂ ਲਿਆ। ਰਾਜਸੀ ਪਾਰਟੀਆਂ ਜਿਹੜੀਆਂ ਉਹ ਸਮਾਜੀ ਡਕੈਤੀਆਂ 'ਤੇ ਲੱਗੀਆਂ ਹੋਈਆਂ ਨੇ। ਹਰੇਕ ਬੰਦਾ ਜਿਹੜਾ ਅੱਗੇ ਆਉਂਦਾ ਉਹ ਆਪਣੇ ਆਪ ਨੂੰ ਕੌਮ ਨਾਲੋਂ ਵੱਖਰਾ ਕਰਕੇ, ਆਪਣੇ ਆਪ ਨੂੰ ਉੱਚਾ ਬੁਲੰਦ ਕਰਕੇ ਤਾਂ ਦਿਖਾਉਣਾ ਚਾਹੁੰਦਾ, ਲੇਕਿਨ ਕੌਮੀ ਮਸਲੇ ਨੂੰ ਉਹ ਮੁੱਖ ਰੱਖ ਕੇ ਜੋ ਤਰੱਕੀ ਹੋਣੀ ਚਾਹੀਦੀ ਸੀ, ਜੋ ਸਰਬੁਲੰਦੀ ਹੋਣੀ ਚਾਹੀਦੀ ਸੀ, ਉਹ ਪੰਜਾਬ ਦੀ ਨਹੀਂ ਹੋਈ, ਪੰਜਾਬ 'ਤੇ ਨਿੱਘਰ ਕੇ ਰਹਿ ਗਿਆ ਜੀ। ਬਾਪੂ ਜੀ, ਇੱਕ ਗੱਲ ਦੱਸੋ ਮੈਨੂੰ, ਤੁਸੀਂ ਸ਼ੁਰੂ ਤੋਂ ਚਿੰਤਕ ਰਹੇ ਹੋ, ਤੁਸੀਂ ਜਿੰਨੇ ਵੀ ਤੁਹਾਡੀਆਂ ਕਿਰਤਾਂ ਆਈਆਂ ਹੁਣ ਤੱਕ ਉਹ 'ਚ ਚਿੰਤਾ ਰਹੀ ਹੈ ਵਿਸ਼ਾ,
ਸੋ ਤੁਸੀਂ ਸ਼ੁਰੂਆਤੀ ਦੌਰ 'ਚ ਐਜ ਏ ਲੇਖਕ ਹੀ ਬਣਨਾ ਚਾਹੁੰਦੇ ਸੀ ਜਾਂ ਤੁਹਾਡੀਆਂ ਅੰਦਰਲੇ ਜਿਹੜੇ ਬਲਬਲੇ ਸੀ ਮੈਂ ਕਿਵੇਂ ਸੁਧਾਰ ਕਰਾਂ, ਸਮਾਜ ਨੂੰ ਕਿਵੇਂ ਸੁਧਾਰਾਂ, ਜਾਂ ਤੁਸੀਂ ਇਸੇ ਲਾਈਨ ਤੋਂ ਸ਼ੁਰੂਆਤ ਲਿਖਣੀ ਦੀ ਹੋਈ? ਦੇਖੋ ਮੈਨੂੰ ਅਲਜਬਰਾ ਨਹੀਂ ਸੀ ਆਉਂਦਾ, ਮੈਂ 10ਵੀਂ 'ਚੋਂ ਭੱਜ ਗਿਆ ਸੀ ਜੀ ਅਤੇ ਮਿਲਾਇਆ ਚਲਾ ਗਿਆ ਜੀ। ਉੱਥੇ $15 ਅਤੇ ਸਾਰੀ ਰਾਤ ਦਾ ਮਹੀਨਾ ਜੀ, ਉਹਨੂੰ ਭਾਅ ਇਹੋ ਜਿਹੇ ਸਸਤੇ ਸੀਗੇ ਜੀ ਕਿ $15 ਜਿਹੜੇ ਜਿਹਦੇ ਕੇ ਰੁਪਈਏ ਬਣਦੇ ਸੀ 22-23 ਜੀ, ਉਹ ਮਹੀਨੇ ਦੇ ਹੁੰਦੇ ਸੀ। ਉਹ ਮੈਂ ਕਰਦਾ ਰਿਹਾ 2-2.5 ਸਾਲ। ਪਰ ਉੱਥੇ ਇੱਕ ਇਹ ਹੈ ਵੀ ਮੈਂ ਵਾਰਸ ਜਹੀਰ ਪੜ੍ਹਦਾ ਹੁੰਦਾ ਸੀ ਅਤੇ ਉਹਦੇ ਆਧਾਰ 'ਤੇ ਮੈਂ ਇੱਕ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ 'ਤੇ ਇੱਕ 4 ਬੰਤ ਲਿਖੇ ਬੋਲੇ ਜੀ। ਮੇਰਾ ਬੋਲ ਚੰਗਾ ਸੀ। ਅੱਛਾ ਜੀ। ਅਤੇ ਉਹਦੇ ਨਾਲ ਮੇਰੀ ਵਾਹ 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 ਹੋ ਗਈ। ਉੱਥੋਂ ਮੈਨੂੰ ਸ਼ੌਕ ਪਿਆ ਅਤੇ ਮੈਂ ਹੋਰ ਵੀ ਕੁਛ ਲਿਖਣਾ ਸ਼ੁਰੂ ਕਰਤਾ। ਕੁਝ ਮੈਨੂੰ ਦੋਸਤ ਇਹੋ ਜਿਹੇ ਮਿਲੇ ਜਿਹੜੇ ਚੰਗੀਆਂ ਸਲਾਹਾਂ ਦਿੰਦੇ ਰਹੇ। ਉੱਥੋਂ ਫਿਰ ਮੈਨੂੰ ਇਹ ਹੈ ਕਿ ਇੱਕ ਚਾਈਨੀਜ਼ ਕੁੜੀ ਨਾਲ ਪਿਆਰ ਵੀ ਪਿਆ। ਉਹ ਕਹੇ ਜਾ ਨਾ, ਉਹਦੀ ਮਾਂ ਵੀ ਕਹੇ ਜਾ ਨਾ, ਸਾਰੇ ਰਾਜੀ ਵੀ ਤੂੰ ਇੱਥੇ ਰਹਿ। ਮੈਂ ਕਿਹਾ ਵੀ ਮੈਨੂੰ ਸਾਡੇ ਘਰ ਦਾ ਹਾਲ ਚੰਗਾ ਨਹੀਂ, ਮੈਨੂੰ ਕਿਹੜਾ ਜਾਇਆ ਹੁਣ ਪਊਗਾ, ਤੂੰ ਜੇ ਆ ਮੇਰੇ ਨਾਲ ਚੱਲ ਉੱਥੇ ਵਿਆਹ ਕਰਾ ਲਾ ਕੇ ਅਤੇ ਆ ਜਾਵਾਂਗੇ। ਉਹ ਜੀ ਮੈਂ ਉੱਥੇ ਨਹੀਂ ਜਾਣਾ ਮਾਂ ਨੂੰ ਛੱਡ ਕੇ, ਤੂੰ ਇੱਥੇ ਰਹਿ, ਜੋ ਮਰਜ਼ੀ ਕਰਾ ਲਾ ਇੱਥੇ। ਉਹ ਗੱਲ ਵਿੱਚੇ ਛੱਡ ਕੇ ਮੈਂ ਇੱਥੇ ਆਇਆ ਅਤੇ ਹਾਲਾਤ ਨੇ ਜਿਹੜਾ ਸੀ ਉਹ ਮੈਨੂੰ ਇੱਥੇ ਘੇਰ ਲਿਆ। ਉਹ ਮੇਰੇ ਭਰਾ ਨੇ ਇੱਕ ਇਲੈਕਸ਼ਨ ਲੜੀ, ਉਹਦੇ 'ਚ ਉਹਨੇ ਸਿਰ ਕਰਜ਼ਾ ਕੁਰਜ਼ਾ ਚੜ੍ਹਾ ਲਿਆ, ਜਿੱਤ ਤਾਂ ਗਿਆ ਉਹ, ਪਰ ਅਸੀਂ ਅੱਡ ਹੋ ਗਏ। ਮੈਂ ਅਤੇ ਮੈਥੋਂ ਛੋਟਾ, ਉਹ ਅਨਪੜ੍ਹ ਰਹਿ ਗਿਆ। ਮੈਂ ਲਾਹੌਰੋਂ ਕਿਤਾਬਾਂ ਲਿਆਉਂਦਾ ਹੁੰਦਾ ਸੀ ਉਦੋਂ ਜਾ ਕੇ ਜੀ, ਇੱਥੋਂ ਜਾ ਕੇ ਲਾਹੌਰ, ਇੱਥੋਂ ਜਾਣਾ 6 ਪੈਸੇ ਦੇ ਕੇ ਤਾਂਗੇ ਅਤੇ ਮੋਗੇ ਜਾਣਾ, ਮੋਗਿਓਂ ਮਾਲਵਾ ਬੱਸ ਜਾਂਦੀ ਹੁੰਦੀ ਸੀ ਅਤੇ ਸ਼ਾਮ ਨੂੰ ਮੁੜ ਆਉਂਦੀ ਸੀ ਉੱਥੋਂ ਲਾਹੌਰੋਂ, ਉਹਦੇ 'ਤੇ ਜਾਣਾ ਉੱਥੋਂ ਮੁੜ ਕੇ ਆਉਣਾ। ਉੱਥੋਂ ਦੀਆਂ ਕਿਤਾਬਾਂ ਨੇ, ਬਾਹਰਲੀਆਂ ਕਿਤਾਬਾਂ ਨੇ, ਬਾਹਰਲੇ ਲੇਖਕਾਂ ਨੇ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਸਾਡਿਆਂ ਨਾਲੋਂ। ਅਸਲ ਮੁੱਢ ਜਿਹੜਾ ਸੀ ਉਹ ਵਾਰਸ ਦੀ ਹੀਰ ਸੀ ਜਿਹੜੀ ਮੈਨੂੰ ਕੁਛ ਚੰਗੀ ਲੱਗੀ ਅਤੇ ਮੇਰਾ ਗਲਾ ਵੀ ਚੰਗਾ ਸੀ। ਜੇ ਮੈਂ ਪੜ੍ਹਦਾ ਸੀ ਤਾਂ 5-7 ਬੰਦੇ ਐਵੇਂ ਇਕੱਠੇ ਹੋ ਜਾਂਦੇ ਸੀ, ਉਹਨੇ ਮੈਨੂੰ ਇਸ ਗੱਲ ਵੱਲ ਤੋਰਿਆ। ਅਤੇ ਫਿਰ ਮੈਂ ਇਹ ਕੁਛ ਵਿਚਾਰਾਂ ਦੀ ਕਿਤਾਬ ਸੀ ਇੱਕ ਉੱਥੇ ਦਿੱਤੀ ਆਪਦੇ। ਉਹ ਬੰਦਾ ਕਹਿੰਦਾ ਤੂੰ ਨਾਵਲ ਕਿਉਂ ਨਹੀਂ ਲਿਖਦਾ? ਅੱਛਾ। ਮੈਂ ਕਿਹਾ ਉਹ ਮੈਂ ਨਾਵਲ ਕਿਵੇਂ ਲਿਖਦਾ, ਨਾਵਲ ਏਡੀ ਵੱਡੀ ਚੀਜ਼ ਹੈ। ਮੈਂ ਉਹ ਕਹਿੰਦਾ ਜਿਹੜਾ ਜਿਹਨੇ ਦੁਨੀਆ ਦਾ ਸਭ ਤੋਂ ਪਹਿਲਾ ਨਾਵਲ ਲਿਖਿਆ ਸੀ ਉਹ ਵੀ ਤੇਰੇ ਵਰਗਾ ਹੀ ਸੀ। ਅੱਛਾ ਜੀ। ਤੂੰ ਲਿਖ ਸਕਦਾ ਆਪਦਾ, ਤੇਰੀ ਵਾਰਤਕ ਦੱਸਦੀ ਹੈ। ਉਹ ਗੱਲ ਮੇਰੀ ਸਿਰੇ ਨਾਲ ਚੜ੍ਹੀ। ਉੱਥੋਂ ਮੈਂ ਲਾਹੌਰ ਆ ਗਿਆ। ਲਾਹੌਰੋਂ ਮਿੰਟ ਕੁ ਵੀ ਮੇਰੇ ਮਾਮੇ ਦੇ 2 ਮੁਰੱਬੇ ਸੀਗੇ, ਪਹਿਲੀ ਲੜਾਈ 'ਚੋਂ ਉਸਨੂੰ ਮਿਲੇ ਸੀਗੇ। ਉੱਥੇ ਚਲਾ, ਉੱਥੇ ਇੱਕ ਕਤਲ ਹੋ ਗਿਆ ਸਰਦਾਰ ਦਾ। ਅੱਛਾ ਜੀ। ਉਹਦੇ ਪਿੱਛੇ ਇੱਕ ਕੁੜੀ ਦੇ ਨਾਲ ਕਰਤਾ ਉਹ ਸਰਦਾਰ ਦਾ ਮੁੰਡਾ ਜਿਹੜਾ ਸੀ ਉਹ ਬਹੁਤ ਵੈਲੀ 'ਚ ਖਰਾਬ ਸੀ, ਉਹਨੇ ਉਹਨੇ ਕੁੜੀ ਨੂੰ ਖਰਾਬ ਕੀਤਾ। ਕੁੜੀ ਦੇ ਭਰਾ 2 ਤਕੜੇ ਸੀ, ਆਹਦੇ ਅਸੀਂ ਇਹਨੂੰ ਮਾਰਨਾ। ਉਹਨਾਂ ਦਾ ਇੱਕ ਦੋਸਤ ਸੀ ਐਸਾ ਸਿੱਖ ਜਿਹਦੀ ਉਹਦੇ ਨਾਲ ਲੱਗਦੀ ਸੀ, ਆਹਦਾ ਸਾਲਿਓ ਤੁਸੀਂ ਉਹ ਸੇਸਰ ਹੈ ਸੈਸ਼ਨ ਜੱਜ ਦੇ, ਤੁਸੀਂ ਸਾਰੇ ਹੀ ਫਾਹੇ ਆ ਜਾਓਗੇ, ਉਹਨੂੰ ਮਾਰ, ਪਹਿਲਾਂ ਤੁਸੀਂ ਉਹਦਾ ਮੁੰਡੇ ਨੂੰ ਨਾ ਮਾਰੋ, ਸੇਸਰ ਨੂੰ ਮਾਰੋ। ਅੱਛਾ ਜੀ। ਉਹ ਉਹਨਾਂ ਨੇ ਸੇਸਰ ਮਾਰਿਆ, ਉਦੋਂ ਮੈਂ ਉੱਥੇ ਸੀ। ਉਹ ਮੁੰਡਾ ਮੇਰੇ ਨਾਲ ਵਾਲੀਬਾਲ ਖੇਡਦਾ ਸੀ ਜਿਹੜਾ ਬੇਗੁਨਾਹ ਉਹਦੇ 'ਚ ਫਸਿਆ। ਅੱਛਾ ਜੀ। ਉਹਨੇ ਕਿਹਾ ਉਹਨੂੰ ਮੁੰਡੇ ਨੂੰ ਵੀ ਤੂੰ ਕੁੜੀ ਫੜ ਲਈ, ਕਿੰਨੇ ਜੇ ਤੇਰਾ ਪਿਓ ਕਿਸੇ ਜੇ ਕੰਮ ਕਰਦਾ ਤੂੰ ਕਿਸੇ ਜੇ ਕਰਦਾ। ਉਹਦੇ ਨਾਲ ਲੜ ਪਿਆ, ਮੁੰਡੇ ਨੂੰ ਮਾਰਿਆ ਸਗੋਂ ਉਲਟਾ।
ਉਹ ਉਦੋਂ ਹੀ ਉਹਦਾ ਪਿਓ ਦਾ ਕਤਲ ਹੋ ਗਿਆ, ਉਹਦੇ ਨਾਲ ਹੋਇਆ ਹੋਇਆ ਉਹ ਮੁੰਡਾ ਕਤਲ 'ਚ ਫਸਾ ਦਿੱਤਾ। ਅੱਛਾ ਜੀ। ਉਹ ਕਤਲ 'ਚ ਫਸਾਇਆ ਉਹ ਮੁੰਡੇ ਨੂੰ ਫਾਂਸੀ ਆ ਕੇ। ਉਸ 'ਤੇ ਮੈਂ ਫਿਰ ਮੇਰੇ ਸਾਹਮਣੇ ਹੋਇਆ ਉਹ ਕਤਲ ਹੋਇਆ ਵੀ ਮੈਂ ਦੇਖਿਆ। ਉਹ ਸਰਦਾਰ ਦਾ ਸਾਈਕਲ 'ਤੇ ਜਾਂਦਾ ਸੀ, 8 ਮੀਲ ਉੱਥੋਂ 9 ਮੀਲ ਮਿੰਟ ਘੁੰਮ ਰਹੀ ਸੀ, ਅਤੇ ਉਹਦਾ ਸਿਰ ਵੱਢ ਕੇ ਉਹਨਾਂ ਨੇ ਨਹਿਰ ਸੁੱਟਤਾ। ਨਹਿਰ ਉਹ ਪੰਜਾਬ ਤੋਂ ਸਾਰਿਆਂ ਨਾਲੋਂ ਵੱਡੀ ਨਹਿਰ ਆ ਉੱਥੇ ਜਦ ਜਿਹੜੀ ਸੀ। ਉੱਥੇ ਵਿਗੜਿਆ ਮਸਲਾ ਜਿਹੜਾ ਸੀ, ਫਿਰ ਉਹਦੇ ਉਹਦੇ ਉੱਤੇ ਮੈਂ ਆ ਕੇ ਫਿਰ ਉਹਨਾਂ ਨੂੰ ਪਲਾਟ ਮਿਲ ਗਿਆ, ਪਲਾਟ ਮਿਲਿਆ ਮੈਂ ਉਸ ਮੁੰਡੇ ਕਰਕੇ ਜਿਹੜਾ ਬੇਗੁਨਾਹ ਫਸਿਆ ਉਹਦੇ 'ਚ। ਉਹ ਫਿਰ ਮੇਰਾ ਨਾਵਲ ਕੁਦਰਤੀ ਇੱਕ ਸਾਲ ਬਾਅਦ ਉਹ ਕੋਰਸ ਲੱਗ ਗਿਆ। ਮੈਨੂੰ ਪਤਾ ਉਹਦੇ 'ਚ ਕਿੰਨੀਆਂ ਗਲਤੀਆਂ। ਪਹਿਲਾਂ ਮੇਰਾ ਨਾਵਲ ਅਣਜਾਣਪੁਰ ਦੇ ਉਹ ਕੋਰਸ ਲੱਗਿਆ ਵਿਆ ਲੱਗਿਆ ਉਹ ਇੱਕ ਆਪਣੇ ਮਰ ਗਿਆ ਜਿਹੜਾ DC ਲੱਗਿਆ ਹੁੰਦਾ ਸੀ ਵਿੱਚ ਪੰਜਾਬ ਦਾ ਵੀ ਇੱਥੇ ਹੁੰਦਾ ਸੀ, ਉਹਦੇ ਕਾਰਨ ਉਹਨੂੰ ਉਹ ਚੰਗਾ ਲੱਗਿਆ, ਸਿਲੇਬਸ ਚਲਾਤਾ। ਹਾਂ, ਉਹ ਸਿਲੇਬਸ ਲਾ ਗਿਆ। ਇਸ ਤਰ੍ਹਾਂ ਮੈਂ ਥੋੜ੍ਹਾ ਜਿਹਾ ਲਿਖਣ ਦੀ ਕਾਲਮ ਦੇ ਉਹ ਹੀ ਨਾਵਲ ਮੇਰਾ ਪੜ੍ਹ ਕੇ ਉਹ ਮੇਰੇ ਜਿਹੜਾ ਪਬਲਿਸ਼ਰ ਸੀ ਉਹ ਦਿੱਤਾ ਉਹਨੇ ਪ੍ਰਧਾਨ ਨੂੰ ਜੀ ਜੀ ਸ਼੍ਰੋਮਣੀ ਕਮੇਟੀ ਦੇ ਨੂੰ ਜੀ। ਪ੍ਰਧਾਨ ਨੇ ਚਿੱਠੀ ਪਾ ਕੇ ਮੈਨੂੰ ਉੱਥੇ ਸੱਦ ਲਿਆ ਅੰਮ੍ਰਿਤਸਰ। ਅੰਮ੍ਰਿਤਸਰ ਉਹਦਾ ਜੇ ਤੈਨੂੰ ਇੱਥੇ ਰੱਖ ਲਈਏ ਜੀ ਤੂੰ ਰਹਿ। ਮੈਂ ਕਿਹਾ ਜੀ ਮੈਨੂੰ ਹੋਰ ਕੀ ਚਾਹੀਦਾ ਜੀ ਜੀ। ਉਹਨਾਂ ਨੇ ਉੱਥੇ ਮੈਨੂੰ 90 ਰੁਪਏ 'ਤੇ ਕਲਰਕ ਗ੍ਰੇਡ 'ਤੇ ਮੈਨੂੰ ਉੱਥੇ ਰੱਖ ਲਿਆ। ਉਦੋਂ ਕਲਰਕ ਦਾ ਗ੍ਰੇਡ ਇੰਨਾ ਹੀ ਕੀ ਸੀ। ਫਿਰ ਫਸਾਦਾਂ 'ਚ ਜਦੋਂ ਆ ਕੇ ਮੂਹਰੇ ਆਹ ਉਦੋਂ ਫਿਰ ਮੇਰਾ ਮਨ ਅੱਕ ਗਿਆ ਉੱਥੋਂ। ਅੱਛਾ। ਉੱਥੇ ਇੱਕ ਮੁੰਡਾ ਮੇਰਾ ਦੋਸਤ ਬਣ ਗਿਆ, ਉਹ ਨਾਨਕ ਸਿੰਘ ਦੇ ਗਲ ਪੈ ਗਿਆ, ਉਹਦਾ ਤੇਰਾ ਸਰੀਕ ਜੰਮ ਪਿਆ ਜੀ, ਉਹਦਾ ਫਲਾਣਾ ਨਾਵਲ ਆ ਪੜ੍ਹ ਲਈ ਜੀ। ਉਹਨੇ ਜਵਾਬ ਨਾ ਕੋਈ ਦਿੱਤਾ, ਉਹ ਨਾਨਕ ਸਿੰਘ ਨੇ ਉਹ ਨਾਵਲ ਲੈ ਕੇ ਪੜ੍ਹਿਆ, ਪੜ੍ਹ ਕੇ ਉਹਨੂੰ ਚੰਗਾ ਲੱਗਦਾ, ਉਹ ਮੈਨੂੰ ਮਿਲਣਾ ਆ ਗਿਆ ਉੱਤੇ ਅੰਮ੍ਰਿਤਸਰ। ਅੰਮ੍ਰਿਤਸਰ ਉਹ ਮੈਂ ਉਹਦੀ ਆਓ ਭਗਤ ਕੀਤੀ, ਪੈਰੀਂ ਹੱਥ ਲਾਇਆ ਅਤੇ ਬਈ ਵੱਡਾ ਆਦਮੀ ਹੈ ਅਤੇ ਉਹਨੇ ਚਾਹ ਚੂਹ ਪੀਤੀ। ਮੈਨੂੰ ਕਹਿੰਦਾ ਅਕਾਲੀਆਂ ਮਗਰ ਨਾ ਲੱਗ ਜੀ, ਤੇਰੀ ਲਿਖਣੀ 'ਚ ਜਾਨ ਹੈ ਅਤੇ ਲਿਖਣਾ ਨਾ ਛੱਡੀ। ਉਹ ਮੇਰੀ ਉਹਦੇ ਨਾਲ ਦੋਸਤੀ ਹੋ ਗਈ, ਆਉਣ ਜਾਣ ਹੋ ਗਿਆ। ਇਸ ਤਰ੍ਹਾਂ ਮੈਂ ਫਿਰ ਉੱਥੇ ਇੱਕ ਨਾਵਲ ਲਿਖਿਆ। ਜਦੋਂ ਆ ਫਿਰ ਫਸਾਦ ਸ਼ੁਰੂ ਹੋਏ, ਉਹਨਾਂ ਫਸਾਦਾਂ 'ਚ ਮੈਂ ਪਿੰਡੋਂ ਬੰਦਾ ਮਾਰਨ ਨਾ ਦਿੱਤਾ ਕੋਈ, ਅਤੇ ਸਾਰੇ ਮੁੰਡਿਆਂ ਨੂੰ ਨਾਲ ਜੋੜ ਲਿਆ। ਜਿਹੜੇ ਲੁਟੇਰੇ ਸੀ ਉਹ ਔਖੇ ਸਾਡੇ 'ਤੇ, ਉਹ ਮੁੰਡਿਆਂ 10 ਮੁੰਡਿਆਂ ਦੇ ਨਾਲ ਮੈਂ ਸਾਰੇ ਮੁਸਲਮਾਨਾਂ ਨੂੰ ਕੈਂਪ ਵਿੱਚ ਲਿਜਾ ਕੇ ਹਿਫਾਜ਼ਤ ਨਾਲ ਵਾੜਿਆ। ਮੈਂ 2 ਵਾਰੀ ਬਾਅਦ ਸਿੰਧ ਤੱਕ ਉਹਨਾਂ ਨੂੰ ਮਿਲਣ ਗਿਆ, ਜਿੱਥੇ ਜਿੱਥੇ ਉਹ ਖਿਲਰ ਕੇ ਮਿਲੇ ਬੈਠੇ ਕਰੇ। ਉਹ ਜਦੋਂ ਵੀ ਆਉਂਦੇ ਉਹ ਮੇਰੇ ਕੋਲ ਆਉਂਦੇ ਇੱਥੇ। ਐਸਾ ਇਹਨਾਂ ਹਾਲਾਤ ਵਿੱਚੋਂ ਗੁਜ਼ਰ ਕੇ ਮੈਂ ਉਹ ਨੌਕਰੀ ਛੱਡਿਆ ਆ। ਉਸ ਨੌਕਰੀ ਛੱਡਣ ਦਾ ਮਤਲਬ ਇਹ ਸੀ ਕਿ ਮੀਰਪੁਰ ਦੀ ਛਾਉਣੀ 'ਚੋਂ ਅੰਗਰੇਜ਼ਾਂ ਨੇ ਹਥਿਆਰ ਸਿੱਖਾਂ ਨੂੰ ਦਿੱਤੇ, ਹਿੰਦੂਆਂ ਨੂੰ ਦਿੱਤੇ, ਮੁਸਲਮਾਨਾਂ ਨੂੰ ਦਿੱਤੇ। ਉਹ ਫੈਸਲਾ ਇਹ ਗੱਲ ਹੋ ਗਿਆ ਕਿ ਹਿੰਦੁਸਤਾਨ ਦੇ ਸਰਮਾਏਦਾਰਾਂ ਦਾ ਉਹਨਾਂ ਨਾਲ ਸਮਝੌਤਾ ਹੋ ਗਿਆ ਅੰਗਰੇਜ਼ਾਂ ਨਾਲ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਸਰਮਾਏਦਾਰੀ ਦੀ ਹਿਫਾਜ਼ਤ ਕਰਾਂਗੇ ਅਤੇ ਤੁਸੀਂ ਰਾਜ ਸੰਭਾਲੋ ਅਤੇ ਸਾਡਾ ਲੱਗਿਆ ਹੋਇਆ ਸਰਮਾਇਆ ਬਚਾਓ ਇੱਥੇ। ਉਹਨਾਂ ਦਾ ਸਮਝੌਤੇ ਨਾਲ ਇਹ ਹੋਇਆ ਕਿ ਪੰਜਾਬ ਜਿਹੜਾ ਸਾਰਾ 5-6 ਲੱਖ ਬੰਦਾ ਮਾਰਿਆ ਗਿਆ ਅਤੇ ਮੈਂ ਆਪਣਾ ਪਿੰਡ ਹੀ ਬਚਾ ਸਕਦਾ ਸੀ, ਹੋਰ ਮੈਂ ਕਰ ਕੁਛ ਨਹੀਂ ਸੀ ਸਕਦਾ, ਉਹ ਮੈਂ ਬਚਾ ਕੇ ਤੋਰ ਦਿੱਤਾ।
ਜੇ ਗੱਲਾਂ 'ਚ ਇੱਕ ਗੱਲ ਹੋਰ ਨਿਕਲ ਕੇ ਵੀ ਆਉਂਦੀ ਹੈ ਅਤੇ ਇੱਕ ਨਾਲ ਕਲਮ ਨਾਲ ਵੀ ਜੁੜੀ ਹੋਈ ਗੱਲ ਆ। ਠੀਕ, ਜਦੋਂ ਕੋਈ ਬੰਦਾ ਕਲਮ ਚੱਕਦਾ ਚਾਹੇ ਉਹ ਸ਼ਾਇਰੋ ਸ਼ਾਇਰੀ ਵਾਲੇ ਨੂੰ ਤਾਂ ਕਹਿਣਗੇ ਨੂੰ ਗਮ ਲੱਗ ਗਿਆ ਜਾਂ ਪਿਆਰ ਦਾ ਕੋਈ ਬਲੇਵਾਂ। ਤੁਸੀਂ ਵੀ ਵਿੱਚ ਗੱਲ ਕੀਤੀ ਵੀ ਤੁਹਾਡਾ ਚਾਈਨੀਜ਼ ਕੁੜੀ ਨਾਲ ਕੋਈ ਉੱਥੇ ਪਿਆਰ ਮੁਹੱਬਤ ਦਾ ਜਿਹੜਾ ਸਾਂਝ ਪਈ, ਉਹ ਗੱਲਾਂ ਥੋੜ੍ਹੀਆਂ ਜਿਹੀਆਂ ਕੱਚੀਆਂ ਸੀ। ਪਰ ਮੇਰੀ ਉਦੋਂ ਮੈਂ ਵੀ 17-18 ਸਾਲ ਦਾ, 16 ਸਾਲ ਦਾ ਸੀ। ਜੀ ਜੀ ਜੀ, ਪਰ ਮੈਂ ਉੱਥੇ ਇੱਕ ਚੀਜ਼ ਜਿਹੜੀ ਪੁੱਛਣੀ ਚਾਹੁੰਦਾ ਉਹ ਇਹ ਆ ਵੀ ਜਿਹੜੀ ਅਸੀਂ ਪਿਆਰ ਦੇ ਮਾਮਲੇ 'ਚ ਅਸੀਂ ਸਾਂਝ ਕਹਿੰਦੇ ਹਾਂ ਵੀ ਸਾਂਝ ਜਿਹੜੀ ਹੁੰਦੀ ਉਹਦੀ ਬੋਲੀ ਦੀ ਸਾਂਝ ਨਹੀਂ ਹੁੰਦੀ, ਬੋਲੀ ਦੀ ਕੋਈ ਲੋੜ ਨਹੀਂ ਹੁੰਦੀ। ਤੁਸੀਂ ਚਾਈਨੀਜ਼ ਨਾਲ ਇਸ 'ਚ ਆਏ ਤਾਂ ਤੁਹਾਨੂੰ ਉੱਥੇ ਕੀ ਬੋਲੀ ਆੜੇ ਆਈ ਜਾਂ ਪਿਆਰ ਲਈ ਕੋਈ ਹੱਦਾਂ ਬੰਨਾ ਨਹੀਂ ਹੁੰਦੇ? ਉਹ ਅਸਲ ਗੱਲ ਇਹ ਹੈ ਵੀ ਕੱਚੀਆਂ ਕੁਹਾਰੀਆਂ ਕੁਹਾਰਾਂ 'ਚ ਉੱਥੇ ਉਦੋਂ ਗਾਉਂਦੇ ਅਸੀਂ ਨਹਾਉਂਦੇ ਹੁੰਦੇ ਸੀ। ਜੀ ਜੀ, ਉਹਦਾ ਉੱਤਾ ਪੱਕਾ ਸੀ, 6 ਫੁੱਟ ਅਤੇ 5-6 ਫੁੱਟ 'ਤੇ ਪਾਣੀ ਸੀਗਾ। ਉੱਥੋਂ ਜਾ ਕੇ ਉਹ ਵੀ ਉੱਥੇ ਨਹਾਉਂਦੀ ਸੀ ਅਤੇ ਮੈਂ ਵੀ ਉੱਥੇ ਨਹਾਉਂਦਾ ਸੀ, ਉਹਨਾਂ ਨੇ ਇਸ ਤਰ੍ਹਾਂ ਬੰਨ ਕੇ ਨਹਾਉਣਾ। ਇਹ ਸਾਡਾ ਉੱਥੇ ਉਹ ਮੈਨੂੰ ਛੇੜਦੀ ਸੀ। ਜੀ ਜੀ, ਉਹ ਹੁਣ ਮਲਾਈ 'ਚ ਗੱਲ ਕਰੇ, ਮੈਨੂੰ ਮਲਾਈ ਆਉਂਦੀ ਨਹੀਂ ਸੀ। ਮੈਂ ਬੜੀ ਛੇਤੀ ਛੇਤੀ ਮਹੀਨੇ 2 ਮਹੀਨਿਆਂ 'ਚ ਕੋਈ ਗੱਲ ਕਰਨ ਜੋਗਾ ਹੋਇਆ ਉੱਥੇ। ਉਹਦੇ ਨਾਲ ਇਸ ਤਰ੍ਹਾਂ ਗੱਲ ਹੋਈ, ਉਹ ਮੈਨੂੰ ਆਪਣੇ ਘਰ ਲੈ ਗਈ ਅਤੇ ਉਹਨੇ ਮੈਨੂੰ ਦੁੱਧ ਪਿਲਾਇਆ ਗਲਾਸ ਲੈ ਕੇ। ਉਹ ਦੁੱਧ ਨਹੀਂ ਪੀਂਦੇ, ਉਹਨਾਂ ਦੇ ਗਾਈਆਂ 2 ਸੂਈਆਂ ਸੀ। ਅੱਛਾ ਜੀ, ਉਹ ਬੜੀ ਹੈਰਾਨ ਵੀ ਤੂੰ ਇੰਨਾ ਦੁੱਧ ਐਵੇਂ ਕਿਵੇਂ ਪੀ ਜਾਂਦਾ। ਅੱਛਾ, ਮੈਂ ਕਿਹਾ ਦੁੱਧ ਸਾਡੀ ਪੰਜਾਬੀਆਂ ਦੀ ਬੜੀ ਵੱਡੀ ਖੁਰਾਕ ਆ। ਉਹਦੀ ਮਾਂ ਰਾਜੀ, ਉਹ ਰਾਜੀ ਵੀ ਤੂੰ ਇੱਥੇ ਰਹਿ ਸਾਡੇ ਨਾਲ। ਉਹ ਮੈਨੂੰ ਫਿਰ ਇਹ ਹੈ ਵੀ ਇਹਨਾਂ ਦੇ ਸੂਰ ਚਾਰਨੇ ਪੈਣਗੇ, ਉਹ ਵੀ ਗੱਲ ਸੀ। ਇੱਕ ਇਹ ਹੈ ਵੀ ਮੈਂ ਇਹ ਨਜ਼ਮ ਕਵਿਤਾਵਾਂ ਲਿਖਣ 'ਚ ਥੋੜ੍ਹਾ ਜਿਹਾ ਸਿਰ ਕੱਢ ਗਿਆ, ਇਸ ਗੱਲ ਨੇ ਮੈਨੂੰ ਉਤਸ਼ਾਹ ਦਿੱਤਾ। ਅਤੇ ਮੇਰੇ ਭਰਾ ਨੇ ਘਰ ਇੱਧਰ ਇੱਕ ਇਲੈਕਸ਼ਨ ਲੜ ਲਈ, ਉਹਨੇ ਸਿਰ ਕਰਜ਼ਾ ਚੜ੍ਹਾ ਲਿਆ ਅਤੇ ਮੈਨੂੰ ਘਰਦਿਆਂ ਨੇ ਕਿਹਾ ਵੀ ਤੂੰ ਇੱਥੇ ਕੀ ਕਰਦਾ, ਘਰਦਾ ਇੱਧਰ ਉੱਜੜ ਰਿਹਾ। ਉਹ ਮੈਨੂੰ ਆਉਣਾ ਪੈ ਗਿਆ, ਆਇਆ ਤਾਂ ਮੈਂ ਇੱਥੇ ਫਸ ਗਿਆ, ਉਹ ਸਾਰਾ ਕੁਛ ਟੁੱਟ ਗਿਆ। ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਇਹ ਸਮਝਦੇ ਹੋ ਵੀ ਇਹ ਵੀ ਇੱਕ ਵੱਡਾ ਐਕਸਪੀਰੀਅੰਸ ਸੀ, ਦੂਜੀ ਬੋਲੀ ਅਤੇ ਸਾਂਝ ਪੈਣਾ ਅਤੇ ਤੁਹਾਨੂੰ ਕਵਿਤਾ ਲਿਖਣ ਦਾ ਦਾ ਉਹ ਉੱਥੇ ਇਹ ਗੱਲ ਉਦੋਂ ਮੈਨੂੰ ਚੰਗੀ ਲੱਗੀ। ਕਵਿਤਾਵਾਂ ਲਿਖੀਆਂ ਜਿਹੜੀਆਂ ਨਾ ਉਹ ਸੀ ਤਾਂ ਪਿਆਰ ਦੀਆਂ ਹੀ, ਕੁਝ ਗੁਰੂ ਗੋਬਿੰਦ ਸਿੰਘ 'ਤੇ ਸੀ, ਪਰ ਉਹ ਉੱਥੇ ਟਰਨ ਲਈ ਮੈਂ ਫਿਰ ਜਿਉਂ ਜਿਉਂ ਇਹ ਗੱਲ ਅੱਗੇ ਆਈ ਇੱਥੇ ਆਇਆ। ਅਤੇ ਉਹਨਾਂ ਦਿਨਾਂ 'ਚ ਫਿਰ ਮੈਂ ਵਿਦਾਂਤ ਦੇ 2 ਗ੍ਰੰਥ ਇੱਕ ਵਿਦਵਾਨ ਸਾਹਿਬ ਤੋਂ ਪੜ੍ਹੇ ਜੀ, ਜਿਹੜੇ ਵਿਦਾਂਤ ਸ਼ਾਸਤਰ ਜਿਹੜਾ ਸਾਰਿਆਂ ਨਾਲੋਂ ਸ਼੍ਰੋਮਣ ਸ਼ਾਸਤਰ ਹੈ 6 ਸ਼ਾਸਤਰਾਂ 'ਚੋਂ, ਅੱਧਾ ਸਾਡਾ ਗੁਰੂ ਗ੍ਰੰਥ ਸਾਹਿਬ ਵਿਦਾਂਤ ਸ਼ਾਸਤਰ 'ਤੇ ਖੜ੍ਹਾ ਹੈ ਜੀ। ਜਾਣੀ ਕਿ ਹੋਰਨਾਂ ਨਾਲੋਂ ਵਿਦਾਂਤ ਦਾ ਪੱਖ ਜਿਹੜਾ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਉਸੇ ਤਰ੍ਹਾਂ ਐਡ ਹੋਇਆ ਹੋਇਆ। ਉਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮੈਂ ਇੱਕ ਭੈਣ ਦਾ ਵਿਆਹ ਅਤੇ ਛੋਟੇ ਭਰਾ ਦਾ ਵਿਆਹ ਵੀ ਕਰ ਦਿੱਤੇ, ਆਪਦਾ ਵਿਆਹ ਨਾ ਕਰਾਇਆ। ਮੈਂ ਸਾਧ ਹੁੰਦਾ ਹੁੰਦਾ ਮਸਾਂ ਵਜਿਆ। ਅੱਛਾ ਜੀ, ਉਹ ਵਿਦਾਂਤ ਦਾ ਅਸਰ ਹੀ ਇਹ ਸੀ। ਉਦੋਂ ਬਾਅਦ ਜਦੋਂ ਆ ਮੈਨੂੰ ਉੱਥੇ ਜਾ ਕੇ ਅੰਮ੍ਰਿਤਸਰ ਗਿਆ, ਸਰਵਿਸ 'ਚ ਆਇਆ, ਫਿਰ ਮੈਨੂੰ ਇਹ ਮਾਰਕਸਿਜ਼ਮ ਜਿਹੜੀ ਸੀ ਇਹ ਇੱਕ ਮੈਨੂੰ ਜਾਨਦਾਰ ਸਿਧਾਂਤ ਲੱਗਿਆ ਬਈ ਹਾਂ, ਉਹ ਬਾਕੀ ਦੇ ਸਿਧਾਂਤ ਸਾਰੇ ਕਲਪਨਾ। ਇਹ ਸਿਧਾਂਤ ਸੀ ਜੇ 99 ਵਾਰ ਵੀ ਇੱਕ ਫੈਸਲਾ ਠੀਕ ਹੁੰਦਾ ਅਤੇ 1 ਵਾਰੀ ਫੇਲ ਹੁੰਦਾ ਉਹ ਅਸੂਲ ਨਹੀਂ ਬਣਦਾ।
ਸਾਇੰਸ ਨੇ ਤਾਂ ਜਿੰਨਾ ਅਸੂਲ ਉਹ ਬਣਾਇਆ ਜਿਹੜਾ 100% ਠੀਕ ਨਿਕਲੇ, ਉਹ ਉਹਨੇ ਮੈਨੂੰ ਮੈਨੂੰ ਸਮਝ ਲੱਗੀ ਹੈ ਕਿ ਜਿਹੜਾ ਸਾਇੰਸੀ ਸਿਧਾਂਤ ਜਿਹੜਾ ਇਹ ਪਰਫੈਕਟ ਹੈ, ਮੈਂ ਉਹਦੇ ਕਾਰਨ ਫਿਰ ਬਚ ਗਿਆ ਅਤੇ ਨਹੀਂ ਮੈਂ ਸਾਧ ਹੋ ਜਾਣਾ ਸੀ। ਇੱਕ ਗੱਲ ਆਈ ਅੱਜ ਦੇ ਯੂਥ ਨੂੰ ਵੀ ਇਹ ਗੱਲ ਆਉਂਦੀ ਹੈ ਸਾਹਮਣੇ, ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਵੀ ਸਿੱਖੀਏ। ਕੱਲ੍ਹ ਪਰਸੋਂ ਵੀ ਇੱਕ ਲੈਕਚਰ 'ਚ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੇ ਵੀ ਕਿਹਾ ਵੀ ਰਿਆਜ਼ ਜ਼ਰੂਰੀ ਆ, ਅੱਗੇ ਤਾਂ ਸਿੰਗਰਾਂ ਲਈ ਜਾਂ ਆਮ ਲੋਕ ਸਰ ਰਿਆਜ਼ ਸਮਝਦੇ ਆ, ਪਰ ਇੱਕ ਲੇਖਕ ਲਈ ਵੀ ਰਿਆਜ਼ ਜ਼ਰੂਰੀ ਹੈ, ਮੀਨਸ ਨੂੰ ਪੜ੍ਹਨਾ ਜ਼ਰੂਰੀ ਨਹੀਂ। ਉਹ ਜਿੰਨਾ ਚਿਰ ਲੇਖਕ ਰਿਆਜ਼ 'ਚ ਨਹੀਂ ਪਏਗਾ ਉਹਦੇ ਜਿਹੜੇ ਤਜਰਬੇ ਆ ਉਹ ਕੱਚੇ ਹੋਣਗੇ। ਜੀ ਮੈਨੂੰ ਫਿਰ ਥੋੜ੍ਹਾ ਥੋੜ੍ਹਾ ਜਿਹੜਾ ਇਹ ਸੀ, ਇੱਕ ਤਾਂ ਮਾਰਕਸਿਜ਼ਮ, ਇੱਕ ਤਾਂ ਹਿੰਦੁਸਤਾਨ ਦੀ ਆਤਮਾ ਨੂੰ ਸਮਝਣ ਵਾਸਤੇ ਸਿਧਾਂਤ ਜ਼ਰੂਰੀ ਹੈ ਪੜ੍ਹਨਾ, ਪੁਰਾਣੇ ਵੇਦ ਦਾ, ਗੁਰਬਾਣੀ ਦਾ ਚਾਹੇ ਉਹਦੇ ਨਾਲ ਤੁਸੀਂ ਜਿਹੜੀ ਕਲਚਰਲ ਚੱਲ ਰਹੀ ਹੈ, ਲਹਿਰ ਚੱਲ ਰਹੀ ਹੈ ਨਾ, ਉਸ ਨੂੰ ਤੁਸੀਂ ਠੀਕ ਢੰਗ ਨਾਲ ਸਮਝ ਸਕਦੇ ਹੋ। ਪਰ ਫਿਰ ਇਹਦੇ ਉੱਤੇ ਜਿਹੜਾ ਮਾਰਕਸਿਜ਼ਮ ਸੀ ਜਿਹੜੀ, ਉਹ ਸਾਇੰਸ ਦਾ ਸਿਧਾਂਤ ਸੀ। ਸਾਇੰਸ ਸਿਧਾਂਤ ਇਹ ਹੈ ਕਿ ਜਿਹੜੀ 100% ਇੱਕੋ ਹੀ ਰਿਜ਼ਲਟ ਦਿੰਦੀ ਹੈ ਅਤੇ ਉਹ ਅਸੂਲ ਬਣਦੀ ਹੈ, ਦੂਜੀ ਅਸੂਲ ਨਹੀਂ ਬਣਦੀ। ਇਸ ਕਰਕੇ ਮੈਨੂੰ ਦੋਵਾਂ ਪੱਖਾਂ ਤੋਂ ਮੈਂ ਇੱਕ ਸਿਧਾਂਤ ਨਾਲ ਹਿੰਦੁਸਤਾਨ ਦੀ ਆਤਮਾ ਨੂੰ ਸਮਝਣ ਵਿੱਚ, ਗੁਰਬਾਣੀ ਨੂੰ ਸਮਝਣ ਵਿੱਚ, ਬਾਬੇ ਨਾਨਕ ਨੂੰ ਸਮਝਣ ਵਿੱਚ, ਜਾਂ ਸਾਡੇ ਪੁਰਾਣੇ ਹੋਰ ਬੰਦੇ ਜਿਹੜੇ ਸੀ ਉਹਨਾਂ ਨੂੰ, ਅਤੇ ਇਹ ਸਾਇੰਸ ਨਾਲ, ਸਾਇੰਸ ਦੇ ਸੱਚ ਨਾਲ ਮੈਂ ਦੋਵਾਂ ਪਾਸਿਆਂ ਤੋਂ ਧੋਤਾ ਗਿਆ, ਨੈਗੇਟਿਵ ਪਾਸਿਓਂ ਵੀ, ਪੋਜ਼ੀਟਿਵ ਪਾਸਿਓਂ ਵੀ। ਔਰ ਇੱਕ ਪਾਸੇ ਦਾ ਜਿਹੜਾ ਸਿਧਾਂਤ ਹੈ ਹਾਂ ਦਾ ਅਤੇ ਇੱਕ ਪਾਸੇ ਨਾਂਹ ਦਾ, ਦੋਵੇਂ ਸਿਧਾਂਤ ਜਿੰਨਾ ਚਿਰ ਜੋੜ ਕੇ ਨਹੀਂ ਤੁਸੀਂ ਤੁਰਦੇ, ਉਨ੍ਹਾਂ ਚਿਰ ਤੁਸੀਂ ਪਰਫੈਕਟ ਰਾਹ ਨਹੀਂ ਪੈ ਸਕਦੇ। ਬਾਪੂ ਜੀ ਇੱਕ ਗੱਲ ਹੋਰ ਆ ਗਈ ਆ, ਹੁਣ ਅੱਜ ਦੇ ਦੌਰ 'ਚ ਵੀ ਇਹ ਗੱਲ ਮਸ਼ਹੂਰ ਹੋਈ ਹੈ, ਜਦੋਂ ਅੰਨਾ ਹਜ਼ਾਰੇ ਹੋਰਾਂ ਨੇ ਕੀਤਾ ਉੱਥੇ, ਤਾਂ ਉਦੋਂ ਬਾਅਦ ਉਹ 'ਚ ਇੱਕ ਕੇਜਰੀਵਾਲ ਨਿਕਲ ਕੇ ਬਾਹਰ ਆਏ, ਉਹ ਕਹਿੰਦੇ ਵੀ ਜਿੰਨਾ 'ਚ ਆਪਾਂ ਅੰਦਰ ਨਹੀਂ ਵੜਾਂਗੇ ਸਿਆਸ 'ਚ ਗੰਦ ਕਿਵੇਂ ਕੱਢਾਂਗੇ। ਤੁਸੀਂ ਵੀ ਕਿਹੋ ਜਿਹੇ ਦੌਰ 'ਚ ਰਹੇ ਹੋ, 36 ਤੋਂ ਲੈ ਕੇ ਅੱਜ ਤੱਕ ਤੁਸੀਂ ਚਿੰਤਕ ਰਹੇ ਹੋ, ਤੁਸੀਂ ਤੁਹਾਨੂੰ ਹਰ ਚੀਜ਼ ਦਾ, ਪਰ ਤੁਹਾਨੂੰ ਕਿਸੇ ਐਂਗਲ 'ਤੇ ਇਹ ਨਹੀਂ ਲੱਗਿਆ ਵੀ ਮੈਂ ਇਹਦੇ ਵਿੱਚ ਵੜ ਕੇ ਉਹਨੂੰ ਸਾਫ਼ ਕਰਕੇ ਆਵਾਂ? ਇੱਕ ਗੱਲ ਇਹ ਮੇਰੇ ਸਾਹਮਣੇ ਸੀ ਜੀ, ਮਲਾਇਆ ਵਿੱਚ ਹੀ ਇਹ ਮੈਂ ਵਿਰਾਸਤ ਸੀ ਵੀ ਮੈਂ ਰਾਜਸੀ ਪਾਸੇ ਜਾਣਾ ਕਿ ਮੈਂ ਧਰ ਇਹਦਾ ਲਟੇਰੀ ਪਾਸੇ ਜਾਣਾ। ਇਹ ਹੈ ਕਿ ਮੈਂ ਕਿਹਾ ਵੀ ਲਟੇਰੀ ਪੱਖ ਜਿਹੜਾ ਇਹ ਜ਼ਿਆਦਾ ਚਿਰੰਜੀਵ ਹੈ, ਇਹਦੀ ਉਮਰ ਲੰਬੀ ਆ, ਇਹਦੀ ਉਮਰ ਲੰਬੀ ਹੈ, ਇਹ ਲੋਕਾਂ ਦੇ ਮਨ ਨੂੰ ਪੜ੍ਹਨਾ ਅਤੇ ਉਹ ਦੇਣਾ ਇਹ ਜਾਣੇ। ਇੱਕ ਇਹ ਹੈ ਕਿ ਲੀਡਰਾਂ ਦੀਆਂ ਬੇਵਕੂਫੀਆਂ ਜਿਹੜੀਆਂ ਸੀ ਉਹ ਛੇਤੀ ਮੇਰੇ ਸਾਹਮਣੇ ਆਉਣ ਲੱਗ ਗਈਆਂ। ਮੈਂ ਕਿਹਾ ਵੀ ਸਿਆਸੀ ਬੰਦੇ ਤਾਂ ਛੇਤੀ ਉੱਧੜ ਜਾਂਦੇ ਆ, ਗੱਲ ਕੁਛ ਨਹੀਂ, ਜਿਹੜੇ ਕਿ ਵਿਦਵਾਨ ਦਾ, ਫਿਰ ਵਿਦਵਾਨਾਂ ਦਾ ਜਿਹੜਾ ਪੱਖ ਸੀ ਜੀ ਜੀ, ਇੱਕ ਇਹ ਹੈ ਵੀ ਜਿਹੜਾ ਮਹਾਨ ਕੋਸ਼ ਜਿਨ੍ਹਾਂ ਨੇ ਲਿਖਿਆ ਜੀ ਆਪਣੇ ਭਾਈ ਕਾਨ ਸਿੰਘ ਨੇ, ਉਹ ਮੈਨੂੰ ਪ੍ਰਭਾਵਿਤ ਕਰਦਾ ਸੀ ਜੀ ਕਿ ਮਹਾਨ ਕੋਸ਼ ਲਿਖਣ ਵਾਲਾ ਬੰਦਾ ਜਿਹੜਾ ਸਿਆਸੀ ਬੰਦਿਆਂ ਨਾਲੋਂ ਉੱਪਰ ਹੈ ਜੀ, ਉਹਦੀ ਪ੍ਰਭਤਾ ਜ਼ਿਆਦਾ ਹੈ ਜੀ ਜੀ, ਉਹਦੀ ਉਮਰ ਜ਼ਿਆਦਾ ਹੈ ਜੀ, ਇਸ ਕਰਕੇ ਮੈਂ ਇਹ ਮੈਂ ਪੈ ਸਕਦਾ ਸੀ। ਮੇਰੀ ਦੋਸਤੀ ਬੜੀ ਵੱਡੇ ਬੰਦਿਆਂ ਨਾਲ ਬਣ ਚੁੱਕੀ ਸੀ ਜੀ ਜੀ, ਖਾਸ ਤੌਰ 'ਤੇ ਜਿਹੜਾ 20-25 ਸਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਟੌੜਾ ਸਾਹਿਬ, ਉਹਨੇ ਮੈਨੂੰ ਕਿਹਾ ਵੀ ਤੂੰ ਆ ਇੱਧਰ। ਮੈਂ ਕਿਹਾ ਹੁਣ ਮੈਂ ਆ ਚੁੱਕਿਆ ਲਿਖਣ ਵਾਲੇ ਪਾਸੇ, ਮੈਂ ਉਹ ਛੱਡ ਨਹੀਂ ਸਕਦਾ, ਉਹ ਮੈਨੂੰ ਜ਼ਿਆਦਾ ਚੰਗਾ ਲੱਗਦਾ, ਤੁਸੀਂ ਚਲੋ। ਉਹਦੇ ਨਾਲ ਰਲ ਕੇ ਮੈਂ ਦੋ ਤਿੰਨ ਬੰਦੇ ਆਪਣੇ ਆਲੇ ਦੁਆਲੇ ਦੇ, ਆ ਜਿਹੜਾ ਹੈਗਾ ਤੋਤਾ ਸਿੰਘ ਮੈਨੂੰ ਨਾਂ ਨਹੀਂ ਸੀ ਯਾਦ ਆ ਰਿਹਾ, ਮੇਰੀ ਯਾਦਾਸ਼ਤ ਅੱਗੇ ਨਾਲੋਂ ਘਟੀ ਆ, ਉਹ ਇਹਨੂੰ ਟਿਕਟ ਉਦੋਂ ਮੈਂ ਉਹ ਤੋਂ ਦਵਾਇਆ,
ਉਹ ਕਹਿੰਦਾ ਨਾ ਉੱਥੋਂ ਮੋਗਿਓਂ ਤਾਂ ਕਦੇ ਜਿੱਤਿਆ ਨਹੀਂ, ਹਜੇ ਅਸੀਂ ਜਿਤਾਵਾਂਗੇ। ਉਹਨੇ ਕਿਹਾ ਜਾਓ ਫਿਰ ਤੁਸੀਂ ਜਿਤਾਓਗੇ ਤਾਂ ਤੁਹਾਨੂੰ ਟਿਕਟ ਪੱਕਾ। ਉਹਦੇ ਕਰਕੇ ਫਿਰ ਇਹਨੂੰ ਅੱਗੇ ਇਹਨੇ ਤਿਆਰੀ ਕੀਤੀ ਸੀ ਬਾਘੇ ਪੁਰਾਣੇ ਦੀ। ਬਾਘੇ ਪੁਰਾਣੇ ਦੀ ਜਿਹੜੀ ਸੀਟ ਸੀਗੀ ਉਹ 3 ਲੱਖ ਰੁਪਈਆ ਦੇ ਕੇ ਕਿਸੇ ਹੋਰ ਨੇ ਲੈ ਲਈ। ਅੱਛਾ ਜੀ। ਉਹ ਤੋਂ ਇਹ ਕੰਮ ਕਰਦਾ ਰਹਿ ਗਿਆ, ਨਿਰਾਸ਼ ਹੋਇਆ। ਇਹਨੂੰ ਫਿਰ ਅਸੀਂ ਕਿਹਾ ਵੀ ਆਹ ਸਾਡਾ ਝੂਠ, ਇਹ ਕੱਟਿਆ ਅਤੇ ਇਹ ਤਾਂ ਪਹਿਲੀ ਇਲੈਕਸ਼ਨ 'ਚ ਪੈਸੇ ਬਹੁਤ ਬਣਾ ਗਿਆ, ਫਿਰ ਇਹ ਤਕੜਾ ਹੋ ਗਿਆ। ਹੁਣ ਤੱਕ ਵੈਸੇ ਇਹ ਹੈ ਵੀ ਉਹ ਮੇਰੀ ਪੈਦਾਵਾਰ ਆ ਜੀ ਜੀ। ਸੋ ਕਈ ਵਾਰ ਇੱਦਾਂ ਹੁੰਦਾ ਵੀ ਤੁਹਾਡਾ ਨਾਂ ਵਰਤਿਆ ਜਾਂਦਾ, ਹੁਣ ਜਸਵੰਤ ਸਿੰਘ ਕਮਲ ਇੱਕ ਵੱਡਾ ਨਾਂ ਅਤੇ ਕਿਸੇ ਵੀ ਪਾਰਟੀ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ। ਵੈਸੇ ਇਹ ਹੈ ਵੀ ਮੈਂ ਕਿਸੇ ਰਾਜਸੀ ਪਾਰਟੀ ਨਾਲ ਜੁੜਿਆ ਨਹੀਂ। ਚਲੋ ਬਹੁਤ ਵਧੀਆ। ਜਦੋਂ ਮੈਂ ਉਹਨਾਂ ਨਾਲ ਜੇ ਜੁੜਦਾ ਤਾਂ ਫਿਰ ਮੈਂ ਦਾਗੀ ਹੁੰਦਾ ਸੀ, ਕਿਉਂਕਿ ਫਿਰ ਉਹਨਾਂ ਦੀਆਂ ਜਿਹੜੀਆਂ ਬੇਵਕੂਫੀਆਂ ਉਹ ਵੀ ਤੁਹਾਨੂੰ ਹੰਡਾਉਣੀਆਂ ਪੈਂਦੀਆਂ ਸੀ। ਲਿਖਣ 'ਚ ਵੀ ਬੇਵਾਕੀ ਨਹੀਂ ਰਹਿ ਸਕਦੀ? ਨਹੀਂ ਸੀ, ਉਹ ਗੱਲ ਨਹੀਂ ਸੀ ਰਹਿ ਸਕਦੀ ਜੀ।